ਪਿੰਡ ਪੱਡੇ ਡੇਰਾ ਬਾਬਾ ਨਾਨਕ ਦੀ ਡੈੱਡ ਬੋਡੀ ਜਿਹੜੀ ਖੋਖਰ ਪਿੰਡ ਦੇ ਗੁਰਪ੍ਰੀਤ ਸਿੰਘ ਦੇ ਖੇਤਾਂ 'ਚੋਂ ਤਹਿਸੀਲਦਾਰ ਸਾਹਿਬ ਮਨਜੀਤ ਸਿੰਘ ਦੀ ਹਾਜ਼ਰੀ 'ਚ ਬਰਾਮਦ ਕੀਤੀ ਆ। ਇਸ ਸੰਬੰਧ ਦੇ ਵਿੱਚ ਕੁਲਜੀਤ ਸਿੰਘ ਦੇ ਪੇਰੈਂਟਸ ਨੇ, ਫਾਦਰ ਨੇ ਜਸਵੰਤ ਸਿੰਘ, ਉਹਨਾਂ ਨੇ 7 ਤਰੀਕ ਨੂੰ ਥਾਣਾ ਡੇਰਾ ਬਾਬਾ ਨਾਨਕ ਐਪਲੀਕੇਸ਼ਨ ਦਿੱਤੀ ਵੀ ਸਾਡਾ ਲੜਕਾ ਮਿਲ ਨਹੀਂ ਰਿਹਾ। ਤੋ ਪੁਲਿਸ ਨੇ, ਡੇਰਾ ਬਾਬਾ ਨਾਨਕ ਨੇ ਉਸ ਦਿਨ ਤੋਂ ਇਹਨਾਂ ਦੀ ਕਾਲ ਡਿਟੇਲ ਵਗੈਰਾ ਕਢਾਈਆਂ ਅਤੇ ਉਹਦੇ ਆਧਾਰ 'ਤੇ ਇਹਦੀ ਜਿਹੜੀ ਸਿਸਟਰ ਹੈ ਗੁਰਪ੍ਰੀਤ ਦੀ ਵਾਈਫ ਔਰ ਮਰਨ ਵਾਲੇ ਦੀ ਸਿਸਟਰ ਕੁਲਬੀਰ ਕੌਰ, ਉਹਦੀ ਨਿਸ਼ਾਨਦੇਹੀ 'ਤੇ ਉਹਦੇ ਕੋਲ ਉਹਨੇ ਔਰ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਉਹਨੇ ਮੰਨਿਆ ਵੀ ਮੈਂ ਕਤਲ ਕਰਕੇ ਇਹਦੀ ਡੈੱਡ ਬੋਡੀ ਜਿਹੜੀ ਹੈਗੀ ਆ ਆਪਣੇ ਖੇਤਾਂ 'ਚ ਦੱਬੀ ਹੋਈ ਹੈ ਅਤੇ ਡੈੱਡ ਬੋਡੀ ਬਰਾਮਦ ਕਰ ਲਈ ਗਈ ਆ। ਜਿਹੜਾ ਪਰਚਾ 302-201 ਦਾ ਦਰਜ ਕਰ ਦਿੱਤਾ ਅਤੇ ਫਿਲਹਾਲ ਮੁਲਜ਼ਮ ਭਗੌੜਾ ਵਾ, ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਇਸ ਦੀ ਜਿਹੜਾ ਪੋਸਟਮਾਰਟਮ ਅੱਜ ਕਰਵਾਇਆ ਜਾ ਰਿਹਾ, ਡੈੱਡ ਬੋਡੀ ਲੈ ਕੇ ਸਿਵਲ ਹੋਸਪਿਟਲ ਪਹੁੰਚ ਗਏ, ਪੋਸਟਮਾਰਟਮ ਕਰਵਾਇਆ ਜਾਏਗਾ ਡਾਕਟਰਾਂ ਦੇ ਬੋਰਡ ਕੋਲ, ਪੋਸਟਮਾਰਟਮ ਮੁਤਾਬਕ ਜੋ ਵੀ ਆਏਗਾ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਏਗੀ। ਕਾਰਨ ਜਿਹੜਾ ਹੁਣ ਤੱਕ ਪਤਾ, ਹੁਣ ਤੱਕ ਸਾਹਮਣੇ ਆਇਆ ਇਹਨਾਂ ਦੇ ਪੇਰੈਂਟਸ ਤੋਂ, ਮਰਨ ਵਾਲੇ ਦੇ ਵਾਰਸਾਂ ਤੋਂ, ਰਿਸ਼ਤੇਦਾਰਾਂ ਤੋਂ ਪੁੱਛਣ 'ਤੇ ਉਹ ਇਹੀ ਵੀ ਪਹਿਲਾਂ ਵੀ ਪੈਸੇ ਦੀ ਮੰਗ ਕਰਦਾ ਸੀ ਅਤੇ ਹੁਣ ਵੀ ਆਪਣੀ ਜਾਇਦਾਦ ਜਿਹੜੀ ਆ ਉਹਦਾ ਹਿੱਸਾ ਵਾ, ਆਪਣੀ ਘਰ ਦੀ ਦਾ, ਆਪਣੀ ਵਾਈਫ ਦਾ ਹਿੱਸਾ ਇਹ ਮੰਗਦਾ ਸੀ, ਉਹਨਾਂ 'ਤੇ ਪ੍ਰੈਸ਼ਰ ਬਣਾਉਂਦਾ ਸੀ। ਇਸ ਗੱਲ ਤੋਂ ਲੈ ਕੇ ਇਹਨਾਂ ਦੇ ਜੀਜੇ ਸਾਲੇ ਦਾ ਉਸਨੇ ਕੋਈ ਤਕਰਾਰ ਕਰੋ, ਲਿਵਿੰਗ ਰਿਲੇਸ਼ਨ ਨਹੀਂ ਸੀ, ਉਹ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ, ਇਨਵੈਸਟੀਗੇਸ਼ਨ ਦੌਰਾਨ ਕੋਲ ਆਏਗੀ। ਦੇਖੋ ਸਾਡੇ ਕੋਲ ਇਸ ਤਾਂ ਹਾਲੇ ਤੱਕ ਫਿਲਹਾਲ ਪਰਿਵਾਰਕ ਮੈਂਬਰਾਂ ਕੋਲ ਅੱਜ ਵੀ ਛਾਣਬੀਣ ਕੀਤੀ ਹੈ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਕੋਲ, ਮ੍ਰਿਤਕ ਦੇ, ਅਤੇ ਹਾਲੇ ਤੱਕ ਅਜਿਹੀ ਕੋਈ ਗੱਲ ਨਹੀਂ, ਸਿਰਫ ਜਾਇਦਾਦ ਦੀ ਜਿਹੜੀ ਗੱਲ ਹੈ ਉਹ ਗੱਲ ਸਾਹਮਣੇ ਆ। ਇਨਵੈਸਟੀਗੇਸ਼ਨ ਦੌਰਾਨ ਅਗਰ ਕੋਈ ਗੱਲ ਸਾਹਮਣੇ, ਡਿਊਟੀ ਲੱਗੀ ਸੀ ਸਪੈਸ਼ਲ, ਇਹ ਮੇਰੀ ਡਿਊਟੀ ਜਿਹੜੀ ਆ ਐਸਟੀਐਮ ਬਟਾਲਾ ਸਾਹਿਬ ਨੂੰ ਲੱਗੀ ਹੈ, ਉਹਦੇ ਸੰਬੰਧ 'ਚ ਮੈਂ ਡਿਪਟੀ ਸਾਹਿਬ ਦੇ ਨਾਲ ਆਇਆ। ਆ ਕੇ ਜਿਹੜੀ ਬਾਡੀ ਹੈ ਕੁਲਜੀਤ ਸਿੰਘ ਪਿੰਡ ਪੱਡੇ ਦਾ, ਡੇਰਾ ਬਾਬਾ ਨਾਨਕ ਦਾ, ਉਹਦੀ ਪੂਰੀ ਬਾਡੀ ਜਿਹੜੀ ਆ ਉਹ ਕਵਰ ਕੀਤੀ ਹੈ ਮੇਰੀ ਗੱਲ ਵਿੱਚ। ਕਿੰਨਾ ਚਿਰ ਨੂੰ ਜਿਹੜਾ ਮਰਡਰ ਹੋਇਆ ਸੀ ਅਤੇ ਅੱਜ ਜਿਹੜੀ ਡੈੱਡ ਬੋਡੀ, ਇਹਦੇ ਬਾਰੇ ਤਾਂ ਪੁਲਿਸ ਵਾਲੇ ਦੱਸ ਸਕਦੇ ਆ, ਉਹਦੇ ਬਾਰੇ ਸਾਰਾ ਦੱਸ ਸਕਦੇ। ਓਕੇ ਸਰ।